ਬਦਨਾਮ ਹੋਈ ਡਾਰਲਿੰਗ ਤੇਰੇ ਲੀਏ, ਉਹ ਮੁੰਨੀ ਬਦਨਾਮ ਹੋਈ ਬਿੱਕਰ ਬਾਦਸ਼ਾਹ ਤੇਰੇ ਲੀਏ। ਫੋਨ ਕਿੱਧਰ ਗਿਆ? ਆ ਪਿਆ। ਹਾਂਜੀ ਜਨਾਬ, ਜੈ ਹਿੰਦ ਜੀ। ਦਿਸ ਇਜ਼ ਦਾ ਬਿੱਕਰ ਬਾਦਸ਼ਾਹ ਔਫ ਦਾ ਇੰਗਲੈਂਡ ਇਨ USA ਐਂਡ ਦਾ ਕਨੇਡਾ, ਆਲ ਇੰਗਲਿਸ਼। ਹਾਂਜੀ ਜਨਾਬ, ਮੈਂ ਪਹੁੰਚ ਗਿਆ ਜੀ ਵਸੈਲੀਆ। ਜਨਾਬ ਫਸਲੀਆ ਨਹੀਂ, ਵਸੈਲੀਆ ਇਹ ਸ਼ਹਿਰ ਪੈਂਦਾ ਕੈਲੀਫੋਰਨੀਆ 'ਚ। ਜਾਂ ਕਿਸੇ ਨੂੰ ਪੁੱਛੋ ਵੀ ਤੂੰ ਕਿੱਦਾਂ ਹੁਣ ਕੀ ਕਰਦਾ ਅੱਜ ਕੱਲ੍ਹ, ਉਹਨੇ ਕਹਿਣਾ ਮੈਂ ਆਪਣਾ ਘਰ ਵਸਾ ਲਿਆ। ਹਾਂ, ਥੋੜ੍ਹੀ ਬਹੁਤ ਹਿੰਦੀ ਮਿਲਾ ਕੇ, ਤਾਂ ਉੱਦਾਂ ਦਾ ਸ਼ਹਿਰ ਦਾ ਨਾਂ ਹੈਗਾ। ਹਾਂਜੀ ਜਨਾਬ, ਇੱਥੇ ਸ਼ਿਕਾਗੋ 'ਚ ਪੀਜ਼ਾ ਵਿਦ ਟਵੈਸਟ ਦੀ ਜਿਹੜੀ ਹੈਗੀ ਆ ਵਸੈਲੀਆ ਦੇ ਵਿੱਚ ਲੋਕੇਸ਼ਨ ਖੁਦ ਰਹੀ ਆ, ਮੈਨੂੰ ਲੱਗਦਾ 45ਵੀਂ। ਉੱਥੇ ਅੱਜ ਮੈਂ ਪਹੁੰਚ ਗਿਆ ਜੀ ਤੁਹਾਡੇ ਹੁਕਮ ਅਨੁਸਾਰ, ਅਤੇ ਮੈਂ ਪਹੁੰਚ ਗਿਆ ਮੁੰਨੀ ਬੁਲੇਵਾਰਡ। ਉਹ ਜਨਾਬ ਉਹ ਨਹੀਂ ਮੁੰਨੀ ਜਿਹੜੀ ਬਦਨਾਮ ਹੋਈ ਸੀ, ਉਹ ਨਹੀਂ ਹੈ। ਉਹ ਮੁੰਨੀ ਬਦਨਾਮ ਹੋਈ ਡਾਰਲਿੰਗ ਮੇਰੇ ਲਈ, ਉਹ ਹੋਰ ਗਾਣਾ ਹੈਗਾ, ਸ਼ੀਲਾ ਕੀ ਜਵਾਨੀ, ਇਹ ਸਾਰੇ ਗਾਣੇ ਹੋਰ ਨੇ। ਇਹ ਮੁੰਨੀ, ਆਪਾਂ ਮੁੰਨੀ ਨਹੀਂ ਕਹਿੰਦੇ ਪਿੰਡਾਂ ਦੇ ਵਿੱਚ ਕੁੜੀਆਂ ਨੂੰ, ਛੋਟੀਆਂ ਨੂੰ, ਲੈ ਮੁੰਨੀ ਮੇਰਾ ਪੁੱਤਾ ਕੰਮ ਕਰ, ਜਾਂ ਮੁੰਨੀ ਮੇਰਾ ਪੁੱਤ ਰੋਟੀਆਂ ਪਕਾ ਲਾ। ਹਾਂ ਹਾਂ, ਉਹ ਮੁੰਨੀ ਆ ਜੀ। ਨਹੀਂ ਉਹ ਜ਼ਰਾ ਸਿਰ ਮੁੰਨੀ ਕਹਿੰਦੇ, ਉਦੋਂ ਬੁੜੀਆਂ ਗਾ, ਜਦੋਂ ਕੁੜੀਆਂ ਨੂੰ ਗਾ ਕਹਿਣਾ ਹੋਵੇ ਨਾ ਗੁੱਸੇ 'ਚ, ਉਦੋਂ ਕਹਿੰਦੀਆਂ ਸਿਰ ਮੁੰਨੀ ਜੀ ਨਾ ਹੋਵੇ, ਪਾਸੇ ਹੋ ਜਾ। ਇਹ ਮੁੰਨੀ ਬੁਲੇਵਾਰਡ ਆ ਜੀ, ਹਾਂ, ਵਿਸੈਲੀਆ ਦੇ ਵਿੱਚ, ਕੈਲੀਫੋਰਨੀਆ, ਨੀਅਰ ਦਾ ਫਰਿਜਨੋ ਐਂਡ ਦਾ ਇੰਟਰ ਸੈਂਟਰ ਇਨ ਦਾ ਬੇਕਰਸਫੀਲਡ ਐਂਡ ਫਰਿਜਨੋ। ਹਾਂਜੀ, ਅਤੇ ਮੈਂ ਜਾਣਾ ਜੀ ਸ਼ਿਕਾਗੋ 'ਚ ਪੀਜ਼ਾ ਵਿਦ ਟਵਿਸਟ, ਦੇਖਦਾ ਉੱਥੇ ਕਿਹੜੇ ਕਿਹੜੇ ਟਵਿਸਟ ਨੇ ਅਤੇ ਕੀ ਉੱਥੋਂ ਮਿਲਦਾ, ਕੀ ਨਹੀਂ ਮਿਲਦਾ। ਯੂ ਡੋਂਟ ਵਰੀ, ਆਈ ਵਿਲ ਪੇ ਜੀ। ਓਕੇ, ਬਾਏ। ਲਓ ਜੀ, ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਭਾਅ ਜੀ ਤੁਹਾਡਾ? ਮੇਰਾ ਨਾਮ ਜੀ ਗੁਰਦੀਪ ਆ। ਗੁਰਦੀਪ ਭਾਅ ਜੀ, ਕਿਤੇ ਕਿੱਥੋਂ ਆਏ ਤੁਸੀਂ? ਮੈਂ ਜੀ ਆਇਆਂ ਫਰਿਜਨੋ ਤੋਂ। ਅਤੇ ਪੀਜ਼ਾ ਖਾਣ ਆਏ ਇੱਥੇ, ਜੋ ਓਪਨਿੰਗ ਹੈਗੀ ਇਹ 'ਚ? ਹਾਂਜੀ, ਗ੍ਰੈਂਡ ਓਪਨਿੰਗ ਆ ਜੀ। ਪੀਜ਼ਾ ਵੀ ਖਾਣਾ ਆਇਆ ਅਤੇ ਨਾਲ ਨਾਲ ਵਧਾਈਆਂ ਵੀ ਦੇਣਾ ਆ। ਵਾਹ ਜੀ, ਮੈਂ ਤਾਂ ਜਸਵੀਰ ਸਿੰਘ ਹੈਗੇ ਅੰਦਰ? ਹਾਂਜੀ ਹੈਗੇ ਜੀ ਅੰਦਰ, ਆ ਜਾਓ। ਬੰਦਾ ਠੀਕ ਆ? ਉਹ ਬੰਦਾ ਠੀਕ ਆ ਜੀ। ਨਹੀਂ, ਪੁਲਿਸ ਨੂੰ ਪੈਸੇ ਦੇਣ ਨੂੰ? ਨਹੀਂ ਜੀ, ਮੈਨੂੰ ਪਤਾ ਲੱਗਿਆ ਜੀ ਨਹੀਂ ਠੀਕ ਨੀਗਾ। ਬਿਲਕੁਲ ਜੀ, ਖੁਸ਼ੀ ਆ ਜੀ, ਸਾਡੇ ਯਾਰ ਦੋਸਤ ਨੇ ਪੀਜ਼ਾ ਖੋਲਿਆ ਜੀ। ਤੇ ਇੱਧਰ ਜਿਹੜੀ ਸ਼ਿਕਾਗੋ 'ਚ ਪੀਜ਼ਾ ਦੀ ਕੀ ਸੰਭਾਵਨਾ ਹੈ ਏਰੀਏ 'ਚ ਜੀ? ਬਹੁਤ ਵਧੀਆ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਗੁਰਸੇਵਕ ਸਿੰਘ ਜੀ। ਗੁਰਸੇਵਕ ਸਿੰਘ ਜੀ, ਤੁਸੀਂ ਲਾਲ ਟੀ ਸ਼ਰਟ ਪਾਈ ਹੈ ਤੇ ਸ਼ਿਕਾਗੋ 'ਚ ਪੀਜ਼ਾ ਤੁਸੀਂ ਇੱਥੇ? ਹਾਂਜੀ, ਇਕੱਠੇ ਜੀ ਸਾਡਾ। ਇਕੱਠੇ ਜੀ ਜੀ, ਤੇ ਮੈਂ ਕਿਹਾ ਬਾਈ ਨੂੰ ਪਹਿਲਾਂ ਹੀ ਮਿਲ ਲਈ ਬਾਹਰ ਬਾਹਰ। ਹਾਂਜੀ ਹਾਂਜੀ, ਮੈਂ ਵੀ ਕਹਾਂ ਬਾਹਰ ਪਤਾ ਨਹੀਂ ਕਿਉਂ ਖੜੇ, ਮੈਂ ਕਿਤੇ ਬਾਹਰ ਹੋ ਗਏ ਤਾਂ ਨਹੀਂ ਕਹਿਣ ਵੀ ਜਾਓ ਭਾਜੀ ਬਾਹਰ ਚੱਲ। ਸਵਾਗਤ ਲਈ ਆਏ ਤੁਹਾਡੇ ਵੀ, ਆਓ ਜੀ, ਆਏ ਤੁਹਾਡਾ ਹਨਾ, ਬਹੁਤ ਧੰਨਵਾਦ। ਇਹ ਲੋਕੇਸ਼ਨ ਜਿਹੜੀ ਹੈਗੀ ਇੱਥੇ ਬਾਈ ਸੈਲੀਆ ਦੇ ਵਿੱਚ, ਬੜਾ ਨਾ ਬੜਾ ਕਸੂਤਾ ਜਿਹਾ, ਜਦੋਂ ਕਹਿੰਦੇ ਬਿਸਤਰਾ ਵਿਛਾ ਲਈ ਆਪਸੀ ਦਾ ਨਾਮ ਹੈ, ਤੇ ਇਹ ਇਸ ਏਰੀਆ 'ਚ ਇਹੀ ਲੋਕੇਸ਼ਨ ਹੋਰ ਮਤਲਬ ਸ਼ਿਕਾਗੋ? ਸ਼ਿਕਾਗੋ ਦੀ ਇਹੀ ਹੈ ਜੀ। ਹਾਂਜੀ, ਇਸ ਸ਼ਹਿਰ ਦੇ ਵਿੱਚ? ਇਸ ਸ਼ਹਿਰ ਦੇ ਵਿੱਚ ਇਹੀ ਹੈ। ਤੇ ਇਹ ਲਾਲ ਟੀ ਸ਼ਰਟਾਂ ਦਾ ਕੀ ਰਾਜ ਹੈ? ਇਹ ਬਾਈ ਜੀ ਦੂਰੋਂ ਪਤਾ ਲੱਗ ਜਾਂਦਾ ਬੰਦੇ ਵੀ ਸ਼ਿਕਾਗੋ ਪੀਜ਼ ਵਾਲੇ ਆ ਰਹੇ, ਖਤਰਨਾਕ ਆ, ਬਚ ਕੇ ਰਹੋ। ਇਹ ਦੇਖੋ ਜੀ, ਰੈੱਡ ਐਂਡ ਬਲੈਕ ਵਾਲੋ ਕੀ ਬਾਤ ਹੀ ਕੁਛ ਔਰ ਹੈ। ਇਹ ਤੇਜੀ ਪੱਡਾ ਸਾਹਿਬ ਨੇ ਜੀ ਸਾਨੂੰ ਅਕਸਰ ਮਿਲਦੇ ਰਹਿੰਦੇ, ਜਿੱਥੇ ਵੀ ਇਹਨਾਂ ਦੀ ਲੋਕੇਸ਼ਨ ਖੁੱਲਦੀ, ਕੋਈ ਬਿੱਕਰ ਬਾਦਸ਼ਾਹ ਉੱਥੇ ਪਹੁੰਚਦਾ ਹੀ ਪਹੁੰਚਦਾ। ਇਹਨਾਂ ਦਾ ਪਿਆਰ ਆ ਜੀ ਮੇਰੇ ਨਾਲ ਇੱਦਾਂ। ਵੈਸੇ ਤਾਂ ਪੁਲਿਸ ਨੂੰ ਦੇਖ ਕੇ ਲੋਕ ਪਾਸਾ ਜਿਹਾ ਬਣਦੇ, ਪਰ ਮੈਨੂੰ, ਮੈਂ ਪਹਿਲਾਂ ਪੁਲਿਸ ਵਾਲੇ ਜੀ ਨੂੰ ਪਿਆਰ ਕਰਦੇ ਲੋਕ। ਬਿਲਕੁਲ ਬਿਲਕੁਲ। ਅੱਛਾ ਤੇਜੀ ਭਾਜੀ, ਹਾਂਜੀ ਭਾਜੀ, ਅੱਜ ਫਿਰ 45ਵੀਂ ਲੋਕੇਸ਼ਨ ਮਾਰਤੀ ਹੈ? ਮਾਰਤੀ ਜੀ, ਮਾਰਤੀ ਜੀ, ਬਹੁਤ ਵਧੀਆ ਬਾਜਾ ਬਾਜਾ ਕਰਾਈ ਪਈ ਹੈ। ਬਸ ਜੀ, ਤੁਹਾਡਾ ਪਿਆਰ ਆ ਜੀ ਸਾਰਿਆਂ ਦਾ। ਮੈਂ ਨਾ ਪਹਿਲਾਂ ਪੁੱਛਿਆ ਸੀ ਤੁਹਾਨੂੰ, ਮੈਂ ਫੇਰ ਭੁੱਲ ਜਾਂਦਾ, ਸ਼ਿਕਾਗੋ ਨਾਮ ਰੱਖਣ ਦਾ ਕੀ ਆਈਡੀਆ? ਭਾਜੀ ਸ਼ਿਕਾਗੋ ਐਕਚੁਅਲੀ ਇਹ ਸਟਾਈਲ ਆ, ਸੋ ਜਿੱਦਾਂ ਦੋ ਤਿੰਨ ਤਰ੍ਹਾਂ ਦੇ ਪੀਜ਼ਾ, ਜਿੱਦਾਂ ਨਿਊਯਾਰਕ ਸਟਾਈਲ ਹੋ ਗਿਆ, ਸੋ ਇਹ ਸ਼ਿਕਾਗੋ ਸਟਾਈਲ ਜਿਹੜੀ ਸਾਡੀ ਪ੍ਰੈਪਰੇਸ਼ਨ ਆ ਪੀਜ਼ੇ ਦੀ ਨਾ, ਜਿਸ ਹਿਸਾਬ ਨਾਲ ਵੈਜੀਜ਼ ਕੱਟਦੇ ਹਾਂ ਜਾਂ ਆਪਣੇ ਉਹਦੀ ਕ੍ਰਸਟ ਆ ਜਿਹੜੀ, ਸੋ ਇਹ ਸਾਰਾ ਸਟਾਈਲ ਆ ਉਹਦੇ ਤੋਂ, ਇਹ ਸ਼ਿਕਾਗੋ ਸਟਾਈਲ
ਵਿਦ ਦ ਟਵਿਸਟ ਆਪਣਾ ਜਿਹੜਾ ਫਿਰ ਇੰਡੀਅਨ ਸਟਾਈਲ ਮੈਂ ਕਹਿੰਦਾ ਬੈਜਾ ਬੈਜਾ ਕਰਾਈ ਪਈ ਹੈ ਜੀ ਪੂਰੀ ਥੈਂਕ ਯੂ ਜੀ ਔਰ ਤੁਸੀਂ ਫ੍ਰਿਜ ਨੂੰ ਹੁੰਨੇ ਮੋਸਟਲੀ ਹਾਂਜੀ ਭਾਜੀ ਫ੍ਰਿਜ ਨੂੰ ਦੇ ਬਾਕੀ ਦਾ ਸਾਰੇ ਆਲੇ ਦੁਆਲੇ ਦੇ ਨਜ਼ਰ ਤੇ ਫਿਰ ਸਾਰੇ ਰੱਖਣੀ ਹਾਂਜੀ ਹਰਪ੍ਰੀਤ ਭਾਜੀ ਹੁਣਾਂ ਨੇ ਡਿਊਟੀ ਲਾਈ ਹੋਈ ਹੈ ਜੀ ਮੋਡੈਸਟੋ ਤੋਂ ਹਾਂਜੀ ਜੀ ਤੁਹਾਡੀ ਟੀਮ ਬੜੀ ਘੈਂਟ ਹੈ ਬਹੁਤ ਜ਼ਬਰਦਸਤ ਟੀਮ ਹੈ ਤੁਹਾਡੀ ਥੈਂਕ ਯੂ ਭਾਜੀ ਥੈਂਕ ਯੂ ਹਾਂਜੀ ਤੇ ਆਪਣੇ ਭਾਈ ਜਸਵੀਰ ਸਿੰਘ ਜੀ ਇਹੀ ਨੇ ਜੀ ਹਾਂਜੀ ਤੁਸੀਂ ਕਹਾਂ ਜੀ ਮਾਈ ਸੈਲਫ ਦਿਸ ਇਜ਼ ਦਾ ਬਿਕਰ ਬਾਦਸ਼ਾਹ ਆਫ ਇੰਡੀਆ ਹਾਂਜੀ ਹਾਂਜੀ ਕੈਨੇਡਾ ਫੋਰ ਇੰਗਲੈਂਡ ਹਾਂਜੀ ਤੁਰ ਦੇ ਕੇ ਮੁੜਕਾ ਜਾਉਣ ਲੱਗ ਗਿਆ ਨਹੀਂ ਜੀ ਨਹੀਂ ਮੁੜਕਾ ਕਦੋਂ ਆਉਣਾ ਪਿਆ ਤੁਹਾਡਾ ਡਾਂਗ ਏਡੀ ਫੜੀ ਆ ਜੀ ਕਿਆ ਸੋਚ ਕਰ ਕਿਆ ਸੋਚ ਕਰ ਪੀਜੇ ਕੀ ਦੁਕਾਨ ਖੋਲੀ ਆਪਣੀ ਹੈ ਭੁੱਖ ਬੜੀ ਲੱਗਦੀ ਸੀ ਭੁੱਖ ਬੜੀ ਲੱਗਦੀ ਭਾਜੀ ਤੇ ਇਹ ਤੁਸੀਂ ਪਹਿਲਾਂ ਮੇਰੇ ਖਿਆਲ ਕੰਮ ਕਰ ਹੋਰ ਕਰਦੇ ਸੀ ਫਿਰ ਪਹਿਲਾਂ ਇਹ ਟਰਕਿੰਗ ਦਾ ਕਰਦੇ ਸੀ ਫਿਰ ਪੀਜੇ ਵਾਲੇ ਬਿਜ਼ਨਸ ਚ ਕਿਉਂ ਆਏ ਉਦੋਂ ਮੈਂ ਥੋੜੀ ਚੇਂਜ ਹੋ ਜੂ ਚੇਂਜ ਕਰਨ ਵਾਸਤੇ ਹਾਂਜੀ ਇੱਕ ਸ਼ਿਕਾਗੋ ਪੀਜ਼ਾ ਇਹਨਾਂ ਦਾ ਵਧੀਆ ਬੜਾ ਲੱਗਦਾ ਸੀ ਸ਼ਿਕਾਗੋ ਪੀਜ਼ਾ ਜੀ ਬੱਲੇ ਬੱਲੇ ਬਣਾਈ ਸੀ ਸਾਰੇ ਤੇ ਜੀ ਭਾਜੀ ਉਹਨਾਂ ਕੋਲੇ ਜਾਂਦੇ ਸੀ ਫਿਰ ਇਹਨਾਂ ਤੋਂ ਪਹਿਲਾਂ ਉੱਥੇ ਖਾਣ ਜਾਂਦੇ ਫ੍ਰਿਜ ਨੂੰ ਹਾਂਜੀ ਆਹ ਹੁਣ ਠੀਕ ਹੈ ਜੀ ਇੱਥੇ ਵਧੀਆ ਹੋ ਗਿਆ ਬਹੁਤ ਵਧੀਆ ਹਾਂਜੀ ਤੇ ਇੱਕ ਹੁਣ ਕਿੰਨੀ ਹੋਰ ਗ੍ਰੈਂਡ ਓਪਨਿੰਗ ਅੱਜ ਹੋ ਗਈ ਹਾਂਜੀ ਹਾਂਜੀ ਬੜੀ ਸੋਹਣੀ ਰੌਣਕ ਲੱਗੀ ਹੋਈ ਮੈਂ ਦੇਖ ਰਿਹਾ ਹਾਂਜੀ ਭਾਈ ਤੇ ਕੀ ਸਪੈਸ਼ਲਿਸਟ ਜੀ ਉਹ ਜ਼ਰੂਰ ਦੱਸੋ ਸਪੈਸ਼ਲ ਜੀ ਆਪਣਾ ਇਹਦਾ ਆਪਣੇ ਆਮ ਪੀਜ਼ਾ ਨਾਲੋਂ ਆਪਣੇ ਵੈਜੀਟੇਰੀਅਨ ਸਿਲੈਕਸ਼ਨ ਜ਼ਿਆਦਾ ਇੱਥੇ ਜਿਵੇਂ ਆਮ ਕਿਸੇ ਵੀ ਪੀਜ਼ੇ 'ਤੇ ਜਾਓ ਤੁਹਾਨੂੰ ਇੱਕ ਜਾਂ ਦੋ ਵੈਜੀਟੇਰੀਅਨ ਮਿਲਣਗੇ ਪਰ ਸ਼ਿਕਾਗੋ ਪੀਜ਼ੇ ਦੇ ਵਿੱਚ 6-7 ਆਈਟਮਾਂ ਹੈਗੀਆਂ ਜਿਹੜੇ ਡਿਫਰੈਂਟ ਕਾਇੰਡ ਦੀਆਂ ਜਿਹੜੇ ਵੈਜੀਟੇਰੀਅਨ ਪੀਜ਼ੇ ਹੈਗੇ ਆ ਅੱਛਾ ਜੀ ਬਾਕੀ ਆਪਣੀ ਜਿਹੜੀ ਇਹਨਾਂ ਦੇ ਸਪੈਸ਼ਲ ਸੌਸ ਆ ਜਿਹੜੀ ਉਹ ਸਪੈਸ਼ਲ ਅਲੱਗ ਟਿੱਕਾ ਤੰਦੂਰੀ ਸ਼ਾਹੀ ਪਨੀਰ ਇਹ ਸਾਡੇ ਇੱਥੇ ਬਹੁਤ ਜ਼ਿਆਦਾ ਚੱਲਦੀ ਹੈ ਰਾਜ ਲਾਲ ਰੰਗ ਓਦਾਂ ਹੀ ਅਟਰੈਕਟਿਵ ਹੁੰਦਾ ਜੀ ਸੋ ਦੇਖਣ ਨੂੰ ਵਧੀਆ ਲੱਗਦਾ ਸੋ ਇਸ ਕਰਕੇ ਹਾਂਜੀ ਹਾਂਜੀ ਪਿੱਛੇ ਹਟ ਜਾ ਜਾਲਮਾ ਸ਼ਿਕਾਗੋ ਪੀਜ਼ਾ ਵਾਲਿਆ ਸ਼ਿਕਾਗੋ ਪੀਜ਼ਾ ਵਾਲਿਆ ਤੁਹਾਨੂੰ ਕਿਹੜਾ ਪੀਜ਼ਾ ਵੈਸੇ ਪਸੰਦ ਆ ਜੀ ਇੱਥੇ ਪਨੀਰ ਟਿੱਕਾ ਜੀ ਪਨੀਰ ਟਿੱਕਾ ਹਾਂਜੀ ਤੇ ਮਤਲਬ ਕਿ ਫ੍ਰੀ ਦੇ ਹੋਣ ਤੁਹਾਨੂੰ ਚਲੋ ਹੈ ਹੀ ਤੁਹਾਡਾ ਆਪਣਾ ਕਿੰਨੇ ਪੀਜ਼ੇ ਖਾ ਸਕਦੇ ਮਤਲਬ ਨਹੀਂ ਉਹ ਤਾਂ ਜੀ ਉਹਨੇ ਹੀ ਖਾ ਸਕਦੇ ਦੋ ਕੁ ਪੀਸ ਤੱਕ ਅੱਛਾ ਫ੍ਰੀ ਹੋਵੇ ਚਾਹੇ ਹੋਵੇ ਮੇਰੇ ਕੋਲ ਨਹੀਂ ਫ੍ਰੀ ਦੀ ਚੀਜ਼ ਆ ਤੇ ਫਿਰ ਨਹੀਂ ਸਾਡੀ ਪੰਜਾਬੀ ਦੀ ਆਦਤ ਹੈ ਤੇ ਜੀ ਭਾਈ ਫ੍ਰੀ ਦਾ ਚਾਹੇ ਸ਼ੇਰ ਵੀ ਮਿਲਦਾ ਹੋਵੇ ਸ਼ੇਰ ਹਾਂ ਉਹ ਵੀ ਘਰੇ ਲੈਣਾ ਚਾਹੇ ਜਾਂਦਾ ਸਾਰੇ ਟੱਬਰ ਨੂੰ ਖਾ ਆਪਣੇ ਇਹ ਹਾਂਜੀ ਹਾਂਜੀ ਤੁਹਾਡਾ ਨਾਮ ਜੀ ਮਨਜੀਤ ਕੌਰ ਹਾਂਜੀ ਕਿਵੇਂ ਲੱਗਦਾ ਜੀ ਅੱਜ ਬਹੁਤ ਵਧੀਆ ਲੱਗਦਾ ਜੀ ਸਾਨੂੰ ਵਧੀਆ ਲੱਗਦਾ ਜੀ ਹਾਂਜੀ ਕੌਨਫੀਡੈਂਸ ਹਾਂਜੀ ਸਾਡਾ ਦੋਨਾਂ ਭੈਣਾਂ ਦਾ ਸੁਪਨਾ ਸੀਗਾ ਅਸੀਂ ਇੱਕ ਵਾਰੀ ਗੁਰੂ ਘਰ ਬੈਠੇ ਸੀਗੇ ਅਸੀਂ ਦੋਨਾਂ ਨੇ ਸੋਚਿਆ ਵੀ ਆਪਾਂ ਵੀ ਇੱਕ ਦਿਨ ਸ਼ਿਕਾਗੋ ਵੀਜ਼ਾ ਲੈ ਲਈਏ ਸੋ ਥੋੜੇ ਜਿਹੇ 5-6 ਮਹੀਨਿਆਂ ਵਾਂਗਰੋਂ ਵਾਕਈ ਅਸੀਂ ਲੈ ਲਿਆ ਸ਼ਿਕਾਗੋ ਪੀਜ਼ਾ ਜ਼ਰੂਰ ਟਰਾਈ ਕਰੋ ਬਾਕੀ ਸਾਰੇ ਪੀਜ਼ਾ ਨਾਲੋਂ ਡਿਫਰੈਂਟ ਟੇਸਟ ਹੈ ਇਹਨਾਂ ਦਾ ਉਦਾਂ ਭਾਜੀ ਕਿਹੜਾ ਏਰੀਆ ਆਪਣਾ ਮੋਗਾ ਜੀ ਮੋਗਾ ਵੈਸੇ ਕਹਿੰਦੇ ਵੀ ਮੋਗਾ ਚਿੱਕੜ ਜੋਗਾ ਵੀ ਕਹਿੰਦੇ ਸੀ ਨਹੀਂ ਚਾਹ ਜੋਗਾ ਜੀ ਨਹੀਂ ਚਿੱਕੜ ਜੋਗਾ ਕਹਿੰਦੇ ਮੀਂਹ ਧਰਮਕੋਟ ਹੁੰਦਾ ਅਜੇ ਮੋਗੇ ਚਿੱਕੜ ਪਹਿਲਾਂ ਹੋ ਜਾਂਦਾ ਸੀ ਹਾਂਜੀ ਹਾਂਜੀ ਤੇ ਕਿੰਨੀ ਦੇਰ ਹੋ ਗਈ ਇੱਧਰ ਆਇਆ ਨੂੰ 28 ਸਾਲ ਹੋ ਗਏ ਜੀ ਵਾਹ ਜੀ ਵਾਹ ਤੇ ਫਿਰ ਸ਼ੁਰੂ ਤੋਂ ਹੀ ਇਸੇ ਸ਼ਹਿਰ 'ਚ ਪਹਿਲਾਂ ਹੋਰ ਨਹੀਂ ਪਹਿਲਾਂ ਨਿਊਜਰਸੀ ਵੀ ਰਿਹਾ ਤੇ ਹੁਣ 20 ਸਾਲ ਤੋਂ ਇੱਥੇ ਹੀ ਵਾਹ ਜੀ ਵਾਹ ਤੇ ਇੱਥੇ ਕਿੰਨੇ ਪੰਜਾਬੀ ਨੇ ਕੀ ਮਾਹੌਲ ਪੰਜਾਬੀਆਂ ਦਾ ਪੰਜਾਬੀ ਇੱਥੇ ਜੀ ਬਹੁਤ ਆ ਜੀ ਪੰਜਾਬ ਵਰਗਾ ਹੀ ਮਾਹੌਲ ਇੱਥੇ ਜੀ ਨਹੀਂ ਇਸ ਸ਼ਹਿਰ ਦੇ ਵਿੱਚ ਵੀ ਇਸ ਸ਼ਹਿਰ ਦੇ ਵਿੱਚ 2-250 ਫੈਮਿਲੀ ਹੈਗੀ ਆ ਅੱਛਾ 2-250 ਇੱਥੇ ਵੀ ਹੈਗੀ ਵੈਸੇ ਨਾਮ ਇਹ ਸੁਣਿਆ ਨਹੀਂ ਨਾ ਇਹਨਾਂ ਫ੍ਰਿਜ ਨੂੰ ਤਾਂ ਹੁਣ ਪਤਾ ਹੀ ਹੈ ਪੰਜਾਬੀ ਹੈ ਜੀ ਪੰਜਾਬੀ ਗੁਰਦੁਆਰਾ ਸਾਹਿਬ ਵੀ ਹੈਗਾ ਇੱਥੇ ਅੱਛਾ ਜੀ ਚਲੋ ਸ਼ਿਕਾਗੋ ਪੀਜ਼ਾ ਤਾਂ ਬੜਾ ਵਧੀਆ ਜੀ ਤੇ ਚਾਹ ਪਾਣੀ ਹੋਰ ਚਾਹ ਪਾਣੀ ਜੀ ਤੂੰ ਪੀ ਤਾਂ ਲਿਆ ਜੀ ਅੱਛਾ 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 ਨਹੀਂ ਮੈਂ ਤੁਹਾਡੀ ਗੱਲ ਕਰਦਾ ਤੁਹਾਡੇ ਵਾਸਤੇ ਮੰਗਾਵਾਂ ਕੁਛ ਚਾਹ ਸਮਝ ਗਿਆ ਜੀ ਤੁਹਾਡੇ ਵਾਸਤੇ ਮੰਗਾਵਾਂ ਜੀ ਨਹੀਂ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਆਪਣੇ ਬਾਅਦ ਚ ਕਰ ਲਾਂਗੇ ਹਾਂਜੀ ਹਾਂਜੀ ਬਾਅਦ ਚ ਕਰਨਾ ਚਾਹੀਦਾ ਅੰਕਲ ਜੀ ਆਓ ਜੀ ਤੁਸੀਂ ਜਰਾ ਕੀ ਨਾਂ ਕੀ ਹੈ ਹੈ ਗੁਰਮਨ ਗੁਰਮਨ ਅੱਛਾ ਗਾਣਾ ਆਉਂਦਾ ਨਹੀਂ ਕਿਹੜੀ ਕਲਾਸ ਪੜ੍ਹਦਾ ਸਕੂਲ ਜਾਣਾ ਨਹੀਂ ਨਹੀਂ ਜਾਣਾ ਕਿਹੜੇ ਸਕੂਲ ਜਾਣਾ ਫ੍ਰੀ ਸਕੂਲ ਜੀ ਫ੍ਰੀ ਸਕੂਲ ਮੈਨੂੰ ਵੀ ਲੈ ਚੱਲਣ ਠੀਕ ਹੈ ਲਓ ਜੀ ਬੜਾ ਵਧੀਆ ਮਾਹੌਲ ਆ ਉਹ ਦੇਖਦੇ ਆ ਹੋਰ ਰੰਗ ਇੱਥੋਂ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਬੜਾ ਤੁਸੀਂ ਕਾਹਦੇ ਚੋਂ ਰੇਲਵੇ ਚੋਂ ਹਾਂਜੀ ਭਾਜੀ ਟੀਟੀ ਵਰਗਾ ਕੋਟ ਪਾਇਆ ਨਾ ਟੀਟੀ ਵਰਗਾ ਲੱਗਦਾ ਹਾਂਜੀ ਵੈਰੀ ਗੁੱਡ ਆਨੀ ਆ ਲੋਗੋ ਕਾਹਦਾ ਭਾਜੀ ਇਹ ਲੋਗੋ ਹੈਗਾ ਜੀ ਵੈਲਥ ਬਿਲਡਰ ਓ ਵੀ ਤਾਂ ਬਹੁਤ ਜਿਵੇਂ ਗਲਤੀ ਨਾਲ ਕਿਹਾ ਹੋ ਗਿਆ ਨਹੀਂ ਨਹੀਂ ਕੋਈ ਅੱਛਾ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਸਨੀ ਚੱਡਾ ਸਨੀ ਚੱਡਾ ਵਾਹ ਜੀ ਵਾਹ
ਤੇ ਅੱਜ ਫਿਰ ਸ਼ਿਕਾਗੋ 'ਚ ਪੀਜ਼ਾ ਆਏ ਹੋ ਤਾਂ ਕੀ ਕਹਿਣਾ ਚਾਹੁੰਦੇ ਹੋ? ਸ਼ਿਕਾਗੋ ਪੀਜ਼ਾ ਐਕਚੁਅਲੀ ਆਏ ਹਾਂ ਇੱਥੇ ਤੇਜੀ ਭਾਅ ਜੀ ਕਰਕੇ, ਉਹ ਮੇਰੇ ਮਿੱਤਰ ਨੇ ਅਤੇ ਸ਼ਿਕਾਗੋ ਪੀਜ਼ੇ ਦਾ ਜਿਹੜਾ ਇੰਟਰੋਡਕਸ਼ਨ ਹੋਇਆ ਜਦੋਂ ਉਹਨਾਂ ਨੇ ਫਰੈਜ਼ਨੋ 'ਚ ਖੋਲਿਆ, ਅਤੇ ਸ਼ਿਕਾਗੋ ਪੀਜ਼ਾ ਜਿਹੜਾ ਨਾਂ ਹੀ ਹੈ ਨਾ ਵਿਦ ਅ ਟਵਿਸਟ, ਅਤੇ ਉਹ ਜਦੋਂ ਆ ਕੇ ਅਤੇ ਬੰਦਾ ਪੀਜ਼ਾ ਖਾਂਦਾ ਤਾਂ ਫਿਰ ਪਤਾ ਲੱਗਦਾ ਵੀ ਇਹ ਵਾਕਈ ਟਵਿਸਟ ਕੀ ਹੈ। ਉਹ ਟਵਿਸਟ ਇਹ ਹੈ ਕਿ ਜਦੋਂ ਬੰਦੇ ਨੇ ਪੀਜ਼ਾ ਲੈਣਾ ਅਤੇ ਉਹ ਸਾਰਾ ਪਲੇਟ ਦੇ ਉੱਤੋਂ ਪੀਜ਼ਾ ਪੂਰਾ ਹੀ ਖਾਂਦਾ, ਨਹੀਂ ਤਾਂ ਇਹ ਨਹੀਂ ਆ ਵੀ ਵਿੱਚੋਂ ਕਿਤੇ ਤੇਲ ਚੋਂਦਾ ਕਿਤੇ ਬ੍ਰੈਡ ਰਹਿ ਗਈ। ਮੈਂ ਖਾਧਾ ਬਹੁਤ ਖਾਧਾ। ਅੱਛਾ, ਮੇਰਾ ਇੱਕ ਸਵਾਲ ਹੈ। ਹਾਂਜੀ ਹਾਂਜੀ। ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਜਿੰਨੀ ਵੱਧਦੀ ਹੈ ਉਨੀ ਘੱਟਦੀ ਹੈ? ਜੇ ਇੱਕ ਮਿੰਟ ਵੱਧਦੀ, ਇੱਕ ਮਿੰਟ ਘੱਟਦੀ ਆ, ਇੱਕ ਮੀਲ ਵੱਧਦੀ, ਇੱਕ ਮੀਲ ਘੱਟਦੀ ਹੈ, ਕਿਹੜੀ ਚੀਜ਼ ਆ ਉਹ? ਬੰਦੇ ਦੀ ਸੋਚ। ਨਹੀਂ ਜੀ ਨਹੀਂ। ਹਾਂਜੀ, ਹੋਰ ਕੁਛ? $10 ਕੱਢੋ ਫਿਰ। $10 ਕੱਢ ਲੈਣ। ਤੁਸੀਂ ਤੁਹਾਨੂੰ ਪਤਾ ਕਿਹਾ ਜੀ? ਕੁਲਦੀਪ ਭਾਈ ਵਧੀਆ, ਬਹੁਤ ਵਧੀਆ। ਅਸੀਂ ਇੱਥੋਂ ਲੋਕਲ ਹੈ ਭਾਈ, ਸਿਲੀਆ ਤੋਂ। ਹਾਂਜੀ, ਇੱਥੇ ਅਬਾਊਟ ਸਾਡੇ ਹੈਗੀ ਆ 300+ ਫੈਮਿਲੀ। ਕੀ ਕੰਮ ਕਰ ਰਿਹਾ ਭਾਈ? ਮੈਂ ਵਰਲਡ ਫਾਈਨੈਂਸ਼ੀਅਲ ਗਰੁੱਪ 'ਚ ਆ। ਅੱਛਾ ਜੀ। ਸਨੀ ਭਾਈ ਦੇ ਨਾਲ ਹੀ ਅਸੀਂ, ਸਾਰੀ ਟੀਮ ਹੀ ਖੜੀ ਆ। ਹਾਂਜੀ ਹਾਂਜੀ। ਤੇ ਵੀ ਆਰ ਸਪੋਰਟਿੰਗ ਆਵਰ ਲੋਕਲ ਬਿਜ਼ਨਸ ਜਿਹੜੇ ਆਪਣੇ ਹੈਗੇ ਨੇ, ਹੈ ਨਾ, ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਆ। ਸੋ ਦੈਟਸ ਵਾਈ ਅਸੀਂ ਅੱਜ ਆਪਣੇ ਹਿਸਪੈਨਿਕ ਚੈਂਬਰ ਨੂੰ ਵੀ ਲੈ ਕੇ ਆਏ ਨਾਲ। ਸੋ ਬ੍ਰਿੰਗ ਦੈਮ, ਕਿ ਇਹਨਾਂ ਨੂੰ ਮੈਂਬਰ ਬਣਾਇਆ ਗਿਆ ਨਾਲ, ਤਾਂ ਕਿ ਆਪਾਂ ਆਪਣਾ ਮੋਰ ਜਿਹੜਾ ਉਹਨੂੰ ਕਰੀਏ, ਐਕਸਪੈਂਸ਼ਨ ਹੋਵੇ ਇਹਦੀ ਮੋਰ, ਹੈ ਨਾ। ਸੋ ਦੈਟਸ ਵਾਈ ਵੀ ਆਰ ਲੋਕਲ। ਸੋ ਸਾਨੂੰ ਚਾਹੀਦਾ ਵੀ ਸਪੋਰਟ ਕਰਨੀ ਆਪਣੇ ਲੋਕਲ ਬਿਜ਼ਨਸ ਦੀ, ਚਾਹੇ ਉਹ ਕੋਈ ਵੀ ਹੋਵੇ। ਦੈਟਸ ਵਾਈ ਵੀ ਆਰ ਹੇਅਰ। ਅੱਛਾ, ਵੈਰੀ ਗੁੱਡ। ਅਤੇ ਆਪਣੇ ਕੀ ਕਹਿਣਾ ਚਾਹੁੰਦੇ ਜਸਵੀਰ ਸਿੰਘ ਹੁਣਾਂ ਨੂੰ, ਜਿਨ੍ਹਾਂ ਨੇ ਅੱਜ ਸ਼ੁਭਕਾਮਨਾਵਾਂ ਤੁਹਾਡੇ? ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਜੀ, ਭਾਅ ਜੀ, ਡੋਂਟ ਵਰੀ, ਐਵਰੀਥਿੰਗ ਵਿਲ ਬੀ ਆਲ ਰਾਈਟ, ਯੂ ਵਿਲ ਬੀ ਔਨ ਅ ਟੌਪ। ਨਾਲ ਇਹ ਹੈ ਕਿ ਬੀ ਇਨ ਦਾ ਕਮਿਊਨਿਟੀ, ਆਪਾਂ ਨੂੰ ਆਪਦਾ ਖੁਦ ਦਾ ਬ੍ਰਾਂਡ ਵੀ ਕ੍ਰੀਏਟ ਕਰਨਾ ਪੈਂਦਾ, ਰਾਈਟ? ਇੱਕ ਤਾਂ ਬ੍ਰਾਂਡ ਹੈਗਾ ਸ਼ਿਕਾਗੋ ਪੀਜ਼ਾ, ਬਟ ਹਾਓ ਪੀਪਲ ਨੋ ਅਸ, ਹੈ ਨਾ, ਕਿ ਉਹਦੀ ਇੱਕ ਤੁਹਾਡੀ ਆਪਦੀ ਖੁਦ ਦੀ ਬ੍ਰਾਂਡਿੰਗ ਕ੍ਰੀਏਟ ਕਰਨੀ ਪੈਂਦੀ ਹੈ। ਸੋ ਉਹ ਅਸੀਂ ਇਹਨਾਂ ਦੀ ਹੈਲਪ ਕਰਾਂਗੇ ਦੋਵੇਂ ਜਣੇ। ਤੁਸੀਂ ਲੋਕਲ ਬੈਠੇ ਹੋ? ਹਾਂਜੀ, ਲੋਕਲ ਬੈਠੇ ਆ, ਇਹੋ ਹੀ ਸਾਡਾ ਕੰਮ ਹੈ। ਹਸਬੈਂਡ ਵਾਈਫ? ਹਾਂਜੀ ਹਾਂਜੀ। ਮੈਂ ਲਾਲਿਆ ਸੀ ਸਾਹਿਬ, ਦੂਰ ਦੂਰ ਖੜੇ ਹੋ। ਹਾਂਜੀ, ਤੁਹਾਡਾ ਨਾਮ? ਹਾਂਜੀ, ਮੇਰਾ ਨਾਮ ਜੋਤੀ ਹੈ। ਹਾਂਜੀ, ਬਹੁਤ ਵਧੀਆ ਬੋਲਦੇ, ਮੈਂ ਦੇਖਿਆ ਜਦੋਂ ਪਹਿਲਾਂ। ਥੈਂਕ ਯੂ, ਥੈਂਕ ਯੂ। ਬਹੁਤ ਵਧੀਆ ਬੋਲਦੇ। ਥੈਂਕ ਯੂ ਸੋ ਮਚ। ਅੱਛਾ, ਤੇ ਤੁਸੀਂ ਵੀ ਨਾਲ ਹੀ ਹੈਗੇ ਇਹਨਾਂ ਦੇ ਵਾਰਡ ਫਾਈਨੈਂਸ? ਨਹੀਂ ਜੀ, ਮੈਂ ਯੂਨੀਅਨ ਬੈਂਕ 'ਚ ਬ੍ਰਾਂਚ ਮੈਨੇਜਰ ਹਾਂ ਅਤੇ ਮੈਂ ਪ੍ਰੋਜੈਕਟ ਮੈਨੇਜਰ ਵੀ ਹਾਂ। ਅੱਛਾ, ਬੈਂਕ ਦੇ ਵਿੱਚ? ਹਾਂਜੀ। ਠੀਕ ਹੈ ਜੀ। ਤੇ ਉਹ ਇੰਡੀਆ ਵਾਂਗੂ ਇੱਧਰ ਤਾਂ ਨਹੀਂ ਡਾਕਟਰ ਰੁਕ ਪਏ ਬੈਂਕ 'ਚ? ਪੈ ਜਾਂਦਾ ਆ। ਹਾਂਜੀ ਹਾਂਜੀ, ਜਿਹੜਾ ਪੈਂਦਾ ਫਿਰ ਵੱਡੇ ਲੈਵਲ ਤੇ ਪੈਂਦਾ ਆ। ਅੱਛਾ, ਤੇ ਮੈਂ ਜਿਹੜਾ ਸਵਾਲ ਇਹਨਾਂ ਨੂੰ ਪੁੱਛਿਆ ਸੀ, ਤੁਹਾਨੂੰ ਪਤਾ ਜੀ ਉਹ ਕਿਹੜੀ ਚੀਜ਼ ਹੈ ਜਿਹੜੀ ਓਨੀ ਜਿੰਨੀ ਵੱਧਦੀ ਓਨੀ ਘੱਟਦੀ, ਜਿੰਨੀ ਵੱਧਦੀ ਓਨੀ ਘੱਟਦੀ, ਜਿੰਨੀ ਘੱਟਦੀ ਓਨੀ ਵੱਧਦੀ? ਨਹੀਂ, ਮੈਂ ਦੱਸਦਾ ਜੀ, ਉਹ ਸਾਡੀ ਉਮਰ ਹੈ। ਕਿਉਂ ਜੀ? ਜੇ ਇੱਕ ਮਿੰਟ ਵਧੀ ਤਾਂ ਇੱਕ ਮਿੰਟ ਘੱਟ ਵੀ ਜਾਣੀ ਹੈ, ਅਤੇ ਜੇ ਇੱਕ ਮਿੰਟ ਛੋਟੀ ਵੱਡਾ ਹੋਈ ਪਠਾਨ ਹੋ ਜਾਣੀ ਹੈ। ਸੋ ਉਮਰ ਹੈ ਜੀ। ਕੁਲਦੀਪ ਭਾਅ ਜੀ, ਬੜਾ ਵਧੀਆ ਲੱਗੇ ਗੱਲ ਕਰਕੇ। ਹੋਰ ਚਾਹ ਪਾਣੀ ਪਿਆਉਂਦੇ ਆ ਜੀ ਹੁਣੇ? ਨਹੀਂ ਨਹੀਂ, ਤੁਹਾਨੂੰ ਪੁੱਛਿਆ ਮੈਂ। ਅੱਛਾ, ਨਹੀਂ ਪਿਆਉਂਦੇ ਹੋ? ਅੱਛਾ, ਦਿੰਦੇ ਨਾਲ ਪਿਆਉਂਦੇ ਵੀ ਨਾਲ ਪੀਂਦੇ ਵੀ? ਠੀਕ ਹੈ ਜੀ, ਚਲੋ, ਬੜੀ ਮਿਹਰਬਾਨੀ ਜੀ, ਆਓ ਕਰਦੇ ਹੋਰ ਗੱਲਬਾਤ। ਲਓ ਜੀ, ਇਧਰੋਂ ਸ਼ੁਰੂ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿੱਦਾਂ ਕਰ? ਇਹ ਤੁੰਗਲਾ ਦੁੱਧ ਵਾਲੀ ਬੋਤਲ ਮਿਲਦੇ ਨੇ? ਲੱਗਣਾ। ਹਾਂਜੀ, ਹੈਲੋ, ਕਿੰਨੇ ਸਾਲ ਹੋ ਗਏ? 14। ਨੌਵੀਂ ਵਿੱਚ? 14 ਸਾਲ। 14 ਸਾਲਾਂ ਦੀਆਂ। ਚਲੋ, ਹੋਰ ਹੋਰ ਸਵਾਲ ਪੁੱਛਦੇ ਆ। ਸਾਡੇ ਕੋਲ ਐਸੀ ਇੱਕ ਕਿਹੜੀ ਚੀਜ਼ ਹੈ ਜਿਹੜੀ ਹੈ ਸਾਡੀ, ਅਸੀਂ ਵਰਤਦੇ ਨਹੀਂ, ਵਰਤਦੇ ਦੂਜੇ ਜ਼ਿਆਦਾ, ਘਰ ਦੇ ਜ਼ਿਆਦਾ ਵਰਤਦੇ, ਕੀ ਹੈ? ਨਾਮ? ਹਾਂ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਟੀਚਰ ਨੂੰ ਕਦੇ ਕੀਤਾ ਕੁਛ ਜਿੱਦਾਂ ਸ਼ਰਾਰਤਾਂ? ਟੀਚਰ ਦੇ ਨਾਲ ਚੌਕ ਚੁੱਕ ਜਿੱਦਾਂ ਇੰਡੀਆ ਮਾਰ ਦਿੰਦੇ, ਚੌਕ ਮਾਰਦੇ? ਟੀਚਰ ਇੱਧਰ ਵਧੀਆ ਪਿਆਰ ਨਾਲ ਪੜਾਉਂਦੇ?
ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਵਧੀਆ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸਾਡੇ ਇੱਥੇ ਆਉਣ ਦਾ। ਥੈਂਕ ਯੂ ਮੈਗਨ, ਪੂਰੀ ਮਹਿਫਲ ਰੌਣਕ ਲੱਗੀ ਪਈ ਪੂਰੀ, ਤੇ ਇਹੋ ਜਿਹਾ ਮਾਹੌਲ ਪਿੰਡਾਂ 'ਚ ਵਿਆਹਾਂ ਵੇਲੇ ਹੁੰਦਾ ਜੀ। ਹਾਂਜੀ, ਤੇ ਪੂਰਾ ਫਿਰ ਚੱਲਦੀਆਂ ਸਿੱਠਣੀਆਂ ਤੇ ਬਹੁਤ ਵਧੀਆ। ਅੱਜ ਕੱਲ੍ਹ ਕੀ ਸਮਝਦੇ ਹੋ ਪੁਰਾਣਾ ਮਾਹੌਲ ਕਿੰਨਾ ਕੁ ਬਚਿਆ ਬਾਕੀ ਇੱਥੇ? ਜ਼ਿਆਦਾ ਵਧੀਆ ਮਾਹੌਲ, ਬਹੁਤ ਚੰਗਾ ਬਣਿਆ, ਵਧੀਆ ਹੋਇਆ। ਹਾਂਜੀ, ਨਹੀਂ ਤਾਂ ਪਹਿਲਾਂ ਵਿਆਹ 7-8 ਦਿਨ ਦਾ ਹੁੰਦਾ ਜੀ, ਹੁਣ ਤਾਂ ਘੰਟਿਆਂ ਦੇ ਰਹਿ ਗਏ। ਹਾਂਜੀ ਹਾਂ, ਹੁਣ ਇੱਥੇ ਤਾਂ ਬਹੁਤ ਜ਼ਿਆਦਾ ਰੌਣਕ ਰਹਿੰਦੀ ਹੈ। ਅੱਛਾ ਜੀ, ਇੱਥੇ ਵਧੀਆ ਹੋ ਗਿਆ ਹੁਣ? ਠੀਕ ਹੈ, ਵਧੀਆ। ਤੁਸੀਂ ਨਾਂ ਦੱਸ ਦਿਓ ਆਪਣਾ? ਅਜਾਇਬ ਕੌਰ। ਅੱਛਾ ਜੀ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ। ਤੁਸੀਂ ਖਾਲੀ ਬੈਠੇ ਪੀਜ਼ਾ ਖਾਧਾ ਨਹੀਂ? ਖਾ ਲਿਆ ਜੀ, ਸਾਰੇ ਕੰਮ ਨਿਬੇੜਦਾ। ਚਲੋ ਵਧੀਆ ਜੀ, ਕਿਹੜਾ ਪੀਜ਼ਾ ਵਧੀਆ ਲੱਗਦਾ ਇੱਥੇ ਤੁਹਾਨੂੰ? ਸਾਰੇ ਪੀਜ਼ੇ ਸਾਨੂੰ ਵਧੀਆ ਲੱਗਦੇ ਆ। ਤੁਹਾਡਾ ਨਾਮ ਦੱਸ ਦਿਓ ਜੀ। ਹਾਂਜੀ, ਗੁਰਮੇਲ ਕੌਰ ਜੀ। ਤੁਸੀਂ ਪੀਜ਼ਾ ਖਾਧਾ ਨਹੀਂ ਲੱਗਦਾ, ਹੌਲ ਢਿੱਲੇ ਜੇ ਬੋਲ ਰਹੇ। ਖਾਧਾ ਜਾਂ ਫਿਰ ਜ਼ਿਆਦਾ ਖਾ ਲਿਆ? ਨਹੀਂ ਜੀ, ਥੋੜਾ ਹੀ ਖਾਧਾ ਵਾ, ਜਿੰਨਾ ਪੇਟ ਚੱਲਦਾ ਸੀ ਉਹਨਾਂ ਕੀ ਖਾਧਾ ਵਾ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਕੀ ਹਾਲ ਹੈ ਜੀ? ਠੀਕ ਆ ਬੇਟਾ, ਤੂੰ ਹੁਣ ਆਹ ਇੰਡੀਆ ਦੀ ਵਰਦੀ ਕਿੱਥੋਂ ਲਈ ਆ? ਇਹ ਮੈਂ ਇੰਡੀਆ ਦੀ ਵਰਦੀ, ਇੰਡੀਆ ਤੋਂ ਲਈ ਆ ਜੀ। ਇੰਡੀਆ ਤੋਂ ਲਈ ਇਹ? ਇੰਡੀਆ ਤੋਂ? ਹਾਂਜੀ ਹਾਂਜੀ, ਉਧਰ ਪੁਲਿਸ ਵਾਲੇ ਪੈਸੇ ਕਮਾਉਂਦੇ, ਇਧਰ ਵਰਦੀ ਕਮਾਈ ਜਾਂਦੀ। ਉਹ ਅੱਛਾ, ਇੱਥੇ ਵਰਦੀ। ਹਾਂਜੀ ਹਾਂਜੀ, ਹੋਰ ਆਸ਼ੀਰਵਾਦ ਹੈ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ? ਹਾਂਜੀ, ਕੀ ਨਾਮ ਤੁਹਾਡਾ? ਜਸਵੀਰ ਕੌਰ ਜੀ। ਤੇ ਸ਼ਿਕਾਗੋ ਪੀਜ਼ਾ ਦੀ ਸਭ ਤੋਂ ਵਧੀਆ ਆਈਟਮ ਤੁਹਾਨੂੰ ਕਿਹੜੀ ਲੱਗਦੀ ਹੈ? ਬਟਰ ਚਿਕਨ। ਬਟਰ ਚਿਕਨ, ਵਾਹ ਜੀ ਵਾਹ। ਹਾਂਜੀ, ਤੁਹਾਨੂੰ? ਹਾਂਜੀ ਵੀਰ ਜੀ, ਸਾਨੂੰ ਸਾਰੀ ਵਧੀਆ ਲੱਗਦੀ ਹੈ। ਅੱਜ ਤੁਹਾਨੂੰ ਲਾਈਵ ਦੇਖ ਲਿਆ, ਬਹੁਤ ਵਧੀਆ ਲੱਗਿਆ। ਅੱਜ ਮੈਂ ਤਾਂ ਜੀਂਦਾ ਹੀ ਦੇਖ ਲਿਆ। ਹਾਂਜੀ, ਨਹੀਂ ਰੋਜ਼ ਟੀਵੀ ਤੇ ਦੇਖਦੇ ਆ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਹੈਲੋ ਸਰ। ਹੈਲੋ, ਹਾਏ, ਹਾਊ ਆਰ ਯੂ? ਗੁੱਡ, ਥੈਂਕ ਯੂ। ਵਾਟ ਇਜ਼ ਯੂਰ ਨੇਮ? ਟ੍ਰੈਵਿਸ। Oh, what do you like here? Pizza. I like the pizza, the salad, I like everything. Everything is good? Yeah. Ooh, very nice. Very good, yeah. You are very nice hairstyle. Good. Thank you, thank you. Yes, sir. How you doing? I'm good, sir. Very good. Good, good. I am, this is the Bikr Bashad. What do you eat here? What do you like here? I had the pizza. I don't know what kind of pizza it was, but it was really good. It had a lot of vegetables in it. The chicken was good. I didn't get a chance to get the salad. The salad was out. You like Indian food, right? Yes, I do. Hello. Hi. What do you like here? I like the pizza. I like the fact that you guys had a lot of onions on. It's really good. And from where you are? Which country? From here, America. From America. Very good. Very nice. Thank you very much. Thank you. My name is Paul. Paul. Yes. Where are you from? I'm from Khanna. ਖੰਨਾ? ਵਾਹ ਜੀ ਵਾਹ। ਤੇ ਇੱਥੇ ਕਿਹੜੀ ਜਗ੍ਹਾ ਰਹਿੰਦੇ? ਇੱਥੇ ਵਸੇ ਲਈ ਜੀ। ਇਸੇ ਸ਼ਹਿਰ 'ਚ? ਇਸੇ ਸ਼ਹਿਰ 'ਚ। ਕੀ ਖਾਸੀਅਤ ਹੈ ਵੀ ਤੁਸੀਂ ਇੱਥੇ ਰਹਿਣ ਦਾ ਫੈਸਲਾ ਕੀਤਾ? ਮਜ਼ੇ ਮਜ਼ੇ ਦੇਖੋ ਹੁਣ ਕੀ ਆ। ਆਹ ਮਜ਼ੇ ਤਾਂ ਸਾਰੇ ਹੀ ਜਿਹੜੇ ਇੱਥੇ ਕਰਦੇ ਨੇ। ਨਹੀਂ ਨਹੀਂ, ਸਾਰੇ ਕਿਤੇ ਯਾਰ ਦੋਸਤ ਬਹੁਤ ਵਧੀਆ ਨੇ। ਤੇ ਅੱਜ ਫਿਰ ਵਧਾਈਆਂ ਦਿੱਤੀਆਂ ਆਪਣਾ ਜਸਵੀਰ ਸਿੰਘ ਉਹਨਾਂ ਨੂੰ? ਪੂਰੀਆਂ ਜੀ, ਪੂਰੀਆਂ। ਉਹ ਨਹੀਂ ਦਿੱਤੀਆਂ ਜੀ? ਦੇਤੀਆਂ, ਦੇਤੀਆਂ। ਵਧਾਈਆਂ ਦਿੱਤੀਆਂ? ਨਹੀਂ ਦੇਤੀਆਂ। ਹਾਂਜੀ, ਸਾਹਿਬ ਸਾਹਿਬ, ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੱਗੀ ਸਾਹਿਬ। ਕੀ ਹਾਲ ਚਾਲ? ਜੱਗੀ ਮੇਰਾ ਭਰਾ ਜੀ, ਮੈਂ ਬਿੱਕਰ ਹਾਂ। ਹਾਂ, ਬਿੱਕਰ ਬਾਸ ਜੀ। ਹਾਂ, ਉਹਨੂੰ ਪੈਸੇ ਪੂਸੇ ਨਾ ਫਸਾ ਲਿਓ, ਕਿਤੇ ਹੋਊਗਾ। ਥੈਂਕ ਯੂ, ਬਹੁਤ ਬਹੁਤ। ਹਾਂਜੀ, ਤੇ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸੈਮ ਤੂਰ। ਇੱਧਰ ਫਿਰ ਗੋਰਿਆਂ ਕਰਕੇ ਰੱਖਣਾ ਪੈਂਦਾ ਨਾਮ ਇਹਦਾ? ਹਾਂਜੀ ਹਾਂਜੀ, ਉਹ ਸੌਖਾ ਕਹਿ ਲੈਂਦੇ ਆ। ਸੌਖਾ ਕਹਿੰਦੇ ਨੇ, ਨਹੀਂ ਤਾਂ ਪੂਰੇ ਨਾਮ ਨੂੰ ਤੂੰ ਹੀ ਵਿਗਾੜ ਦਿੰਦੇ ਕਈ ਵਾਰੀ। ਤਾਂ ਭੁੱਲ ਹੀ ਜਾਂਦੇ ਆ। ਤੇ ਪੀਜੇ ਇੱਥੇ ਨੌਨ ਵੈਜ ਵੀ ਹੈਗੇ, ਵੈਜ ਵੀ ਹੈਗੇ, ਪੂਰੇ ਬਹਿ ਜਾ ਬਹਿ ਜਾ। ਹਾਂਜੀ ਹਾਂਜੀ, ਨੌਨ ਵੈਜ ਵੀ ਆ। ਹਾਂਜੀ, ਮੇਰਾ ਨਾਮ ਆ ਗਿਆ ਹਰਜਸਤੂਰ। ਹਰਜਸਤੂਰ, ਵੈਰੀ ਗੁੱਡ, ਵੈਰੀ ਗੁੱਡ। ਕਿਹੜੀ ਕਲਾਸ ਪੜ੍ਹਦਾ? ਸਟੱਡੀ ਕਾਲਜ ਜਾਂਦਾ। ਹਾਂਜੀ, ਬਲਵੰਤ ਸਿੰਘ ਧਾਲੀਵਾਲ ਜੀ, ਧਾਲੀਵਾਲ ਸਾਹਿਬ। ਹਾਂਜੀ, ਕੀ ਕਹਿਣਾ ਚਾਹੁੰਦੇ? ਸ਼ਿਕਾਗੋ ਪੀਜ਼ਾ ਵਸੇਲੀਆ 'ਚ ਖੁੱਲਿਆ ਅੱਜ ਵਾਈਸਾਈਲੀਆ ਦੇ ਵਿੱਚ, ਤੇ ਪੂਰਾ ਕੰਮ ਚੱਲ ਜੂ ਵਧੀਆ ਇੱਥੇ? ਹਾਂਜੀ ਹਾਂਜੀ, ਬਹੁਤ ਖੁਸ਼ੀ ਹੋਈ ਸੁਣ ਕੇ। ਅਸੀਂ ਅੱਗੇ ਹੀ ਉੱਥੇ ਫ੍ਰਿਜ ਨੂੰ ਜਾਂਦੇ ਸੀ ਖਾਣ, ਹੁਣ ਚਲੋ ਆਪਣੇ ਸ਼ਹਿਰ 'ਚ ਆ ਗਿਆ। ਅੱਛਾ, ਫ੍ਰਿਜ ਨੂੰ ਇੱਥੋਂ ਜਾਂਦੇ ਸੀ? ਹਾਂਜੀ ਹਾਂ। ਵਾਹ ਜੀ ਵਾਹ। ਸੋ ਸ਼ਿਕਾਗੋ 'ਚ ਪੀਜ਼ਾ ਜਿਹੜਾ ਹੈਗਾ ਜੀ, ਪਹਿਲਾਂ ਅਸੀਂ ਨਿਊਯਾਰਕ ਸੀਗਾ, ਮੈਂ ਵੀ ਉੱਥੇ ਸੀ, ਅਤੇ ਸੈਕਰਾਮੈਂਟੋ ਵੀ ਇਹਨਾਂ ਨੇ ਖੁੱਲ੍ਹੇ, ਬੜਾ ਵਧੀਆ ਕੰਮ ਇਹਨਾਂ ਦਾ ਹੈਗਾ। ਹਾਂਜੀ, ਨਹੀਂ ਬਹੁਤ ਸੋਹਣਾ, ਖੁਸ਼ੀ ਹੋਈ ਇਹਨਾਂ ਦਾ। ਇਹਨਾਂ ਨੂੰ ਹੈ ਨਾ, ਪੁਲਿਸ ਵਾਲਿਆਂ ਨੂੰ ਦੇ ਦਿਓ ਵਧਾਈ, ਪੁਲਿਸ ਵਾਲਿਆਂ ਨੂੰ ਪਤਾ ਨਹੀਂ ਮਹਿੰਗੀ ਨਾ ਪੈ ਜੇ। ਜਸਵੀਰ ਸਿੰਘ ਉਹਨਾਂ ਨੂੰ ਵਧਾਈਆਂ ਦੇਣੇ ਚਾਹੁੰਦੇ ਆ ਜੀ। ਅੱਛਾ, ਬਹੁਤ ਵਧੀਆ ਪੀਜ਼ਾ ਬਣਾਇਆ ਜੀ। ਐਕਚੁਅਲੀ ਇਹ ਬੈਲਡ ਮੈਂ ਹੀ ਕੀਤਾ, ਮੈਂ ਕੰਟਰੈਕਟਰ ਹਾਂ। ਹਾਂਜੀ, ਅੰਗਰੇਜ਼ੀ ਬੋਲਣੀ ਪੈਣੀ ਵੈਸੇ। ਹੈਲੋ, ਹਾਊ ਆਰ ਯੂ? ਡੂਇੰਗ ਪ੍ਰੀਟੀ ਗੁੱਡ। ਵਾਟ ਇਜ਼ ਯੂਰ ਨੇਮ ਪਲੀਜ਼? ਮਾਈ ਨੇਮ ਇਜ਼ ਮਿਸ਼ੇਲ। ਓ, ਵੈਰੀ ਨਾਈਸ ਨੇਮ। ਵਾਟ ਯੂ ਲਾਈਕ ਹੇਅਰ? ਓ, ਮਾਈ ਡੰਡਾ ਇਜ਼ ਗਿਰਿੰਗ, ਸੌਰੀ, ਮਾਈ ਡੰਡਾ ਡਿੱਗ ਪਿਆ, ਇਹਨਾਂ ਨੂੰ ਦੇਖ ਕੇ ਡਿੱਗੀ ਜਾਂਦਾ ਪਤਾ ਨਹੀਂ। ਹਾਂਜੀ, ਵਾਟ ਯੂ ਲਾਈਕ ਹੇਅਰ?
What do I like here? I really like the pizza. We're planning on getting one of the Three Idiots pizzas soon with the different kinds. 2 days free. What's that? 2 days free, right? I think so. They have a bunch of different samples. Hanji, but thoda steering udhar nu mud gaya siga. Theek hai ji, chalo koi gal nahi. Thoda steering ahi hai na ji, jidhar kuch matlab lagda fayda. Hanji hanji, udhar nu ho janda hai. Naam thoda ki bhai? Mera naam Balan Singh. Hanji, kehda area Punjab to? Raikot area ji. Te ki karde si utthe Punjab? ਉੱਥੇ ਤਾਂ ਸਮਝ ਲਓ ਕੁਛ ਨਹੀਂ ਕਰਦੇ, ਖੇਤੀ ਕਰਦੇ ਜੀ। ਇੱਥੇ ਕਰਨਾ ਪੈਂਦਾ? ਹਾਂਜੀ, ਇੱਥੇ ਤਾਂ ਕਰਨਾ ਪਊ। ਪੈਸੇ ਤਾਂ ਨਹੀਂ ਦਿੱਤੇ ਕਦੇ ਪੰਜਾਬ 'ਚ ਪੁਲਿਸ ਨੂੰ? ਉੱਥੇ ਤਾਂ ਦੇਣੇ ਹੀ ਪੈਂਦੇ ਆ ਜੀ, ਉੱਥੇ ਦੇਣੇ ਪੈਂਦੇ ਜੀ। ਹਾਂਜੀ, ਛੱਡਦੇ ਨਹੀਂ ਖੜਾ, ਉਹ ਤਾਂ ਲੈ ਹੀ ਲੈਂਦੇ ਆ ਜੀ। ਅੱਜ ਨਹੀਂ, ਉੱਥੇ ਤਾਂ ਜੀ ਸਿਸਟਮ ਹੀ ਹੋਰ ਆ ਜੀ। ਇੱਧਰ ਆ ਕੇ ਦੇਖਿਆ ਮੈਂ, ਕਿਹਾ ਮੈਂ ਸ਼ਾਇਦ ਥੋੜ੍ਹੀ ਬਹੁਤ ਇਮਾਨਦਾਰੀ ਮਿਲ ਜਾਵੇ ਮੈਨੂੰ, ਤਾਂ ਮੈਂ ਪੁਲਿਸ ਨੂੰ ਉੱਧਰ ਚੱਕ ਦੇਵਾਂ। ਅੱਛਾ ਜੀ, ਹਾਂਜੀ ਹਾਂਜੀ। ਅਤੇ ਕੀ ਕਹਿਣਾ ਚਾਹੁੰਦੇ ਜੀ ਅੱਜ ਪੀਜ਼ੇ ਬਾਰੇ, ਕੋਈ ਦੋ ਸ਼ਬਦ? ਪੀਜ਼ਾ ਬਹੁਤ ਵਧੀਆ ਜੀ ਇਹਨਾਂ ਦਾ, ਅਤੇ ਵਧੀਆ ਆਪਾਂ ਕਹਿੰਦੇ ਹਾਂ ਵੀ ਰੱਬ ਮੂਹਰੇ ਅਰਦਾਸ ਕਰਦੇ ਹਾਂ, ਵਧੀਆ ਚੱਲੇ ਅਤੇ ਵਧੀਆ ਤਰੱਕੀਆਂ ਹੋਣ ਇਹਨਾਂ ਦੀਆਂ ਜੀ। ਹਾਂਜੀ ਭਾਜੀ, ਹਰਪ੍ਰੀਤ ਦਾਈਆ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇੱਕ ਤਾਂ ਤੁਸੀਂ ਲੋਕੇਸ਼ਨਾਂ ਕਾਫੀ ਖੋਲੀ ਜਾਂਦੇ ਹੋ, ਤੇ ਉੱਥੇ ਦੂਜਾ ਧੰਨਵਾਦ ਇਹ ਆ ਵੀ ਤੁਸੀਂ ਮੈਨੂੰ ਜ਼ਰੂਰ ਯਾਦ ਰੱਖਦੇ ਹੋ ਵਿਕਰਮਾਸ਼ਾ ਨੂੰ। ਭਾਜੀ, ਪੰਜਾਬ ਪੁਲਿਸ ਨੂੰ ਕੌਣ ਨਹੀਂ ਯਾਦ ਰੱਖਦਾ? ਪੰਜਾਬ ਪੁਲਿਸ ਨੂੰ ਤਾਂ ਪਹਿਲਾਂ ਯਾਦ ਕਰਨਾ ਪੈਂਦਾ। ਨਹੀਂ, ਤੁਸੀਂ ਪਿਆਰ ਨਾਲ ਯਾਦ ਕਰਦੇ ਹੋ, ਬਾਕੀ ਯਾਦ ਜਿਹੜੇ ਕਰਦੇ ਨੇ ਉਹਨਾਂ ਦਾ ਤਰੀਕਾ ਹੋਰ ਹੈ, ਪਰ ਤੁਸੀਂ ਪਿਆਰ ਨਾਲ ਯਾਦ ਕਰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਅੱਜ ਬੜੀ ਖੁਸ਼ੀ ਹੋਈ ਜੀ। ਆਹ ਕਿਹੜਾ ਵਿਸਾਲੀਆ ਸ਼ਹਿਰ? ਹਾਂਜੀ ਹਾਂਜੀ, ਵਿਸਾਲੀਆ ਹੀ। ਵਿਸਾਲੀਆ ਮਤਲਬ ਸ਼ਹਿਰ ਕਿਸੇ ਨੇ ਵਸਾਇਆ ਹੋਣਾ, ਤਾਂ ਨਾਂ ਰੱਖਤਾ, ਨਾਂ ਹੀ ਰੱਖ ਲਿਆ ਵਿਸਾਲੀਆ। ਵਿਸਾਲੀਆ ਰੱਖਤਾ, ਅਤੇ ਇੱਥੇ ਬੜੀ ਵਧੀਆ ਜਸਵੀਰ ਸਿੰਘ ਉਹਨਾਂ ਨੇ ਲੋਕੇਸ਼ਨ ਜਿਹੜੀ ਖੋਲ੍ਹੀ ਆ, ਬੜਾ ਨਜ਼ਾਰੇਦਾਰ ਕੰਮ ਹੈਗਾ। ਅਤੇ ਇਦੂ ਅਗਲੀ ਜਿਹੜੀ ਰੀਸੈਂਟ ਹੋਰ ਕਿਹੜੀ ਹੈ ਜੀ? ਇਦੂ ਅਗਲੀ ਜਾ ਰਹੀ ਆ ਜੀ ਪੈਨਸਲਵੇਨੀਆ, ਪਿਟਸਬਰਗ। ਅੱਛਾ, ਉੱਧਰਲੇ ਪਾਸੇ? ਹਾਂਜੀ। ਵਾਹ ਜੀ ਵਾਹ। ਅੱਛਾ, ਇਹ ਫਿਰ ਜਿਨ੍ਹਾਂ ਨੇ ਤੁਹਾਨੂੰ ਸੰਪਰਕ ਕਰਨਾ ਚਾਹੁਣ, ਕਿਸੇ ਨੇ ਫਰੈਂਚਾਈਜ਼ ਲੈਣੀ ਆ ਮੰਨ ਲਓ, ਅਤੇ ਉਹਦਾ ਕੀ ਪ੍ਰੋਸੀਜਰ ਆ? ਹਾਂਜੀ, ਉਹ ਵੈਬਸਾਈਟ 'ਤੇ ਜਾ ਕੇ ਫਾਰਮ ਭਰ ਸਕਦੇ ਆ, chicagospizzatwist.com 'ਤੇ, ਅਤੇ ਕਾਲ ਵੀ ਕਰ ਸਕਦੇ ਆ ਆਪਣਾ 800 ਨੰਬਰ 888-9487 ਹਾਂਜੀ 9478 ਅਤੇ ਉਹ ਜਸ 'ਤੇ ਵੀ ਆਉਂਦਾ ਆਪਣੇ, ਉੱਦਾਂ ਵੀ ਕਿਸੇ ਵੀ ਸਟੋਰ 'ਤੇ ਫੋਨ ਕਰਕੇ ਪੁੱਛ ਸਕਦੇ ਆ। ਹਾਂਜੀ, ਪ੍ਰੋਸੀਜਰ ਪੁੱਛ। ਅਤੇ ਵੈਸੇ ਕਿੰਨੇ ਕੁ ਰੁਪਈਆਂ ਦੀ ਖੇਡ ਆ ਇਹ ਜੀ? ਇਹ ਜੀ ਅਮਰੀਕਾ ਦੇ ਵਿੱਚ ਐਵਰੇਜ 2.5 ਤੋਂ 4 ਲੱਖ, 2.5 ਤੋਂ 4 ਲੱਖ, ਜਿੰਨਾ ਵਧੀਆ ਕਰ ਲਓਗੇ। ਅਤੇ ਇਹ ਵੈਸੇ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ, ਮੈਂ ਦੇਖਿਆ ਜਿਹੜੇ ਆਪਣੇ ਪੰਜਾਬੀ ਤਾਂ ਖਾਂਦੇ ਹੀ ਖਾਂਦੇ, ਕਿਉਂਕਿ ਜਿਹੜੇ ਵੈਜੀਟੇਰੀਅਨ ਨੇ ਉਹਨਾਂ ਵਾਸਤੇ ਬੜੇ, ਉਹ ਬਹੁਤ ਖੁਸ਼ ਨੇ ਜੀ। ਉਹ ਕਿਤੇ ਪੀਜ਼ਾ ਪੂਜ਼ਾ ਖਾ ਕੇ ਖੁਸ਼ ਨਹੀਂ ਸੀਗੇ, ਪਰ ਸ਼ਿਕਾਗੋ 'ਚ ਵੀ ਜਦੋਂ ਦਾ ਆਇਆ ਉਦੋਂ ਦੇ ਖਾਸ ਤੌਰ 'ਤੇ ਉਹ ਆਪਣੀ ਕਮਿਊਨਿਟੀ ਬਹੁਤ ਖੁਸ਼। ਹਾਂਜੀ, ਜਿਹੜੇ ਵੈਜੀਟੇਰੀਅਨ ਅਸੀਂ ਉਹਨਾਂ ਲਈ ਇਹ ਸਪੈਸ਼ਲੀ ਧਿਆਨ ਰੱਖਿਆ ਵੀ ਆਂਡਾ ਨਹੀਂ ਕਿਸੇ ਚੀਜ਼ 'ਚ ਹੋਣਾ ਚਾਹੀਦਾ, ਨਾ ਆਟੇ 'ਚ ਆਂਡਾ, ਨਾ ਸੌਸ 'ਚ ਆਂਡਾ, ਕਿਸੇ ਚੀਜ਼ ਦੇ ਵਿੱਚ ਕੋਈ ਵੀ ਜਿਹੜਾ ਐਨੀਮਲ ਤੋਂ ਆਉਂਦਾ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ। ਮਤਲਬ ਹਦਾਇਤਾਂ ਸਖਤ ਹੁੰਦੀਆਂ ਤੁਹਾਡੇ ਵੱਲੋਂ ਕੋਈ ਵੀ ਜਿਹੜਾ ਫਰੈਂਚਾਈਜ਼ ਲੈਂਦਾ, ਕਿ ਕਟਰ ਵਗੈਰਾ, ਮਸ਼ੀਨਾਂ ਵਗੈਰਾ ਸਭ ਮਤਲਬ ਅਲੱਗ ਕਰ? ਹਾਂਜੀ ਹਾਂਜੀ, ਉਹ ਅਲੱਗ ਰੱਖੀ ਦੇ ਆ ਵੈਜੀਟੇਰੀਅਨ ਲਈ, ਮੀਟ ਵਾਲਿਆਂ ਲਈ, ਅਤੇ ਬਾਕੀ ਜਿਹੜਾ ਪ੍ਰੋਡਕਟ ਆ ਸਾਡਾ ਸਾਰਾ ਉਹ ਫਿਰ ਫੈਸਿਲਿਟੀ ਥਰੂ ਆਉਂਦਾ, FDA ਅਪਰੂਵ ਹੋ ਕੇ, ਸੋ ਸਾਰਾ ਕੁਛ ਨਿਊਟ੍ਰੀਸ਼ਨਲ ਆਪਣੇ ਜਿੰਨੇ ਹੁੰਦੇ ਆ ਲੇਬਲਿੰਗ ਰਿਕੁਆਇਰਮੈਂਟ ਪੂਰੀਆਂ ਕਰੀਦੀਆਂ। ਹਾਂਜੀ ਹਾਂਜੀ। ਚਲੋ ਜੀ, ਜਿਵੇਂ ਕੋਹਲੀ ਬਹੁਤ ਸੈਂਚਰੀਆਂ ਮਾਰ ਰਿਹਾ, ਅਤੇ ਤੁਸੀਂ ਵੀ ਪਰਮਾਤਮਾ ਕਰੇ ਆਉਣ ਵਾਲੇ ਦਿਨਾਂ 'ਚ ਮਾਰੋ ਸੈਂਚਰੀਆਂ, ਸੈਂਚਰੀਆਂ ਹਾਫ ਸੈਂਚਰੀ ਤਕਰੀਬਨ ਹੋ ਗਈ ਆ, ਅਤੇ ਛੇਤੀ ਅਗਲੇ ਨਵੇਂ ਸਾਲ 'ਚ ਮੇਰੇ ਖਿਆਲ ਸੈਂਚਰੀ ਵੀ ਹੋ ਜੂਗੀ। ਅਤੇ ਹੋਰ ਜਿਹੜੀਆਂ ਕੰਟਰੀਜ਼ ਹੈਗੀਆਂ, ਕਿ ਉੱਥੋਂ ਲੋਕ ਕਿਵੇਂ ਸੰਪਰਕ ਕਰ ਸਕਦੇ ਨੇ ਜਿਵੇਂ ਉੱਥੇ ਚਾਹੁਣ ਕਿ ਕਿਸੇ ਹੋਰ ਕੰਟਰੀ 'ਚ ਅਮਰੀਕਾ ਨੂੰ ਛੱਡ ਕੇ? ਉਹ ਸੇਮ ਵੇ ਜੀ, ਹਾਂਜੀ, ਸਾਈਟ 'ਤੇ ਜਾ ਕੇ ਸੰਪਰਕ ਕਰ ਸਕਦੇ ਆ। ਅੱਛਾ ਜੀ। ਹਾਂਜੀ, ਜਿੱਦਾਂ ਕੈਨੇਡਾ ਦੇ ਵਿੱਚ ਤਾਂ ਅਸੀਂ ਆਲਰੇਡੀ ਕੰਮ ਚੱਲ ਰਿਹਾ ਵਾ, ਓਪਨ ਕਰ ਰਹੇ ਹਾਂ ਬਰੈਂਪਟਨ ਅਤੇ ਸਰੀ ਵਾਲੇ ਪਾਸੇ, ਸੋ ਉਹ ਸੇਮ ਪ੍ਰੋਸੈਸ ਆ, ਜਿਹੜੀ ਵੀ ਕੰਟਰੀ ਦੇ ਵਿੱਚ ਕੋਈ ਹੈਗਾ ਅਤੇ ਉਹ ਆਪਣੇ ਸਾਈਟ 'ਤੇ ਜਾ ਕੇ ਸੰਪਰਕ ਕਰ ਸਕਦੇ ਆ। ਅਤੇ ਤੁਸੀਂ ਜਾ ਕੇ ਵਿਜਿਟ ਕਰਦੇ ਹੋ ਫਿਰ ਲੋਕੇਸ਼ਨ, ਜਿਵੇਂ ਇੱਥੇ ਅੱਜ ਖੁੱਲ੍ਹਿਆ ਅਤੇ ਫਿਰ ਵਿਜਿਟ ਕਰਦੇ ਹੋ, ਪਹਿਲਾਂ ਦੇਖਦੇ ਹੋ ਲੋਕੇਸ਼ਨ ਹੈ ਕਿ ਨਹੀਂ ਹੈ ਪੂਰੀ, ਜਾਂ ਕਿੱਦਾਂ ਕੋਈ ਜਾਂ ਫਿਰ ਔਨਲਾਈਨ ਹੀ ਹੋ ਜਾਂਦਾ ਸਾਰਾ? ਨਹੀਂ ਨਹੀਂ, ਉਹ ਪ੍ਰੋਪਰ ਸਾਡੇ ਕੋਲ ਟੀਮ ਹੈਗੀ, ਇੰਟਰਨੈਸ਼ਨਲ ਟੀਮ ਆ ਹੁਣ ਆਪਣੇ, ਉਹਨਾਂ ਦੇ ਥਰੂ ਜਾਂਦਾ, ਸੋ ਤੁਹਾਨੂੰ ਹਰੇਕ ਕੰਟਰੀ ਨਾਲ ਕੰਮ ਕਰਨਾ ਪੈਂਦਾ, ਫਿਰ ਤੁਹਾਨੂੰ ਸੈਕਟਰੀ ਆਫ ਸਟੇਟ US ਨਾਲ ਵਰਕ ਕਰਨਾ ਪੈਂਦਾ ਬਈ ਤੁਸੀਂ ਕਿੱਥੇ ਐਜ਼ ਅਮੈਰੀਕਨ ਕੰਮ ਕਰ ਸਕਦੇ ਹੋ, ਕਿੱਥੇ ਸੇਫ ਆ ਐਜ਼ ਅਮੈਰੀਕਨ ਲਈ, ਤੁਸੀਂ ਇੱਦਾਂ ਨਹੀਂ ਵੀ ਕਿਸੇ ਵੀ ਕੰਟਰੀ 'ਚ ਚਲੇ ਜਾਓ, ਸੋ ਹਾਂਜੀ ਹਾਂਜੀ, ਉਹ ਪ੍ਰੋਸੈਸ ਪ੍ਰੋਸੀਜਰ ਸਾਰੇ ਕਰਨੇ ਪੈਂਦੇ ਪੂਰੇ। ਇੰਨਾ ਸੌਖਾ ਨਹੀਂ ਜਿਵੇਂ ਲੋਕਾਂ ਨੂੰ ਦੇਖਣ ਵਾਲੇ ਨੂੰ ਇਹ ਲੱਗਦਾ ਹੋਣਾ, ਲੈ ਵੀ 45 ਲੋਕੇਸ਼ਨਾਂ ਹੋ ਗਈਆਂ ਸ਼ਿਕਾਗੋ ਵਿੱਚ, ਚੱਕੀ ਜਾਂਦੇ ਫੱਟੇ, ਪਰ ਉਹਦੇ ਪਿੱਛੇ ਜਿਹੜੀ ਮਿਹਨਤ ਹੈ, ਹਾਂਜੀ, ਉਹ ਨਹੀਂ ਲੋਕ ਦੇਖਦੇ। ਦਿਨ ਰਾਤ ਜਾ ਕੇ ਤੁਸੀਂ ਦਿਨ ਰਾਤ ਟਰੈਵਲ ਕਰਕੇ ਫਿਰ ਕੰਮ ਕਰਦੇ ਹੋ,
ਸੋ ਜਿਹੜੇ ਕੋਈ ਹੋਰ ਫਰੈਂਚਾਈਜ਼ ਲੈਣੀ ਚਾਹੁਣ ਤਾਂ ਉਹਨਾਂ ਨੂੰ ਕਿਹਨਾਂ ਕਿਹਨਾਂ ਚੀਜ਼ਾਂ ਧਿਆਨ ਰੱਖਣਾ ਚਾਹੀਦਾ, ਕਿਹੜੀਆਂ ਕਿਹੜੀਆਂ ਇਹ ਜ਼ਰੂਰੀ ਨੇ? ਹਾਂਜੀ, ਜਿਹਨੇ ਫਰੈਂਚਾਈਜ਼ ਲੈਣੀ ਆ ਉਹ ਇੱਕ ਤਾਂ ਆਪਣੇ ਧਿਆਨ ਉਹਨਾਂ ਨੂੰ ਇਹ ਰੱਖਣਾ ਚਾਹੀਦਾ ਵੀ ਲੋਕੇਸ਼ਨ ਕਿੱਥੇ, ਆਪਣੇ ਇੰਟਰਨੈਸ਼ਨਲ ਆ ਕਿ ਨੈਸ਼ਨਲ ਆ, ਆਪਣਾ ਆਲਮੋਸਟ ਸਾਰੀਆਂ ਸਟੇਟਾਂ ਦੇ ਵਿੱਚ ਅਸੀਂ ਕਰ ਸਕਦੇ ਹਾਂ। ਹੁਣ ਆਪਣੇ ਆਈਡਾਹੋ ਦੇ ਵਿੱਚ ਵੀ ਸ਼ੁਰੂ ਹੋ ਰਹੀ ਆ, ਸਾਲਟ ਲੇਕ ਸ਼ੁਰੂ ਵੀ ਸ਼ੁਰੂ ਹੋ ਰਹੀ ਆ, ਟੈਕਸਸ 'ਚ ਆਪਣੀਆਂ ਖੁੱਲ੍ਹ ਰਹੀਆਂ ਹੁਣ ਨੈਕਸਟ ਕਮਿੰਗ ਈਅਰ। ਸੋ ਅਮੈਰੀਕਾ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਪ੍ਰੀਟੀ ਸੈੱਟ, ਅਤੇ ਧਿਆਨ ਇਹ ਆ ਵੀ ਅਸੀਂ ਸਾਡੀ ਕੋਈ ਟੀਮ ਹੈ ਜਿਹੜੀ ਉਹਨਾਂ ਨਾਲ ਵਰਕ ਕਰਦੀ ਲੋਕੇਸ਼ਨ 'ਤੇ, ਉਹਨਾਂ ਦੇ ਨੰਬਰ ਕਿੰਨੇ, ਉਹਦੇ 'ਚ ਐਕਸਪੈਂਸ ਹੋਣੇ ਆ, ਲੋਨ ਚਾਹੀਦਾ, ਫੰਡਿੰਗ ਚਾਹੀਦੀ ਆ, ਕਿੰਨਾ ਉਹ ਆਪਣਾ ਲਿਕੁਇਡ ਕੈਸ਼ ਚਾਹੀਦਾ, ਸਾਰਾ ਕੁਛ ਉਹਦੇ ਨਾਲ ਫਿਰ ਜਦੋਂ ਸੰਪਰਕ ਕਰਦੇ ਆ ਫਿਰ ਉਹਨਾਂ ਨੂੰ ਗਾਈਡ ਕਰਦੇ ਆ। ਠੀਕ ਹੈ ਜੀ, ਬੜੀ ਮਿਹਰਬਾਨੀ ਭਾਅ ਜੀ, ਆਲ ਦਾ ਬੈਸਟ ਜੀ। ਥੈਂਕ ਯੂ ਤੁਹਾਡਾ, ਥੈਂਕ ਯੂ ਬਾਦਸ਼ਾਹ ਜੀ, ਥੈਂਕ ਯੂ ਸਰ ਜੀ, ਥੈਂਕ ਯੂ, ਬਹੁਤ ਮਿਹਰਬਾਨੀ। ਦਿਲ ਕਰਦਾ ਤੁਹਾਡੇ ਕੋਲ ਇੱਥੇ ਆਉਣ ਨੂੰ ਪੀਜ਼ਾ ਖਾਣ ਨੂੰ, ਉਹਦੀ ਲੋਕੇਸ਼ਨ ਦੱਸ ਦਿਓ ਕਿਹੜੀ ਹੈ? ਹਾਂਜੀ, ਆਪਣਾ ਲੋਕੇਸ਼ਨ ਹੈਗੀ ਆ 2016 ਸਾਊਥ ਮੋਨੀ ਬੁਲੇਵਾਰਡ ਵਾਈਸੇਲੀ ਆ, ਅਤੇ 11 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਖੁੱਲ੍ਹਦੇ ਹਾਂ ਜੀ। ਇਹ ਮੁੰਨੀ ਬੁਲੇਵਾਰਡ ਮੁੰਨੀ ਉਹੀ ਜਿਹੜੀ ਬਦਨਾਮ ਹੋਈ ਕਿ ਹੋਰ ਹੈ? ਨਹੀਂ, ਇਹ ਹੋਰ ਆ ਜੀ, ਇਹ ਹੋਰ। ਅੱਛਾ, ਮੈਂ ਕਿਤੇ ਜਿਹੜੀ ਮੁੰਨੀ ਬਦਨਾਮ ਹੋਈ ਕਿਤੇ ਉਹੀ ਹੈਗੀ। ਨਹੀਂ ਜੀ, ਇਹ ਨਾ ਇਹਨਾਂ ਨੇ ਇੱਦਾਂ ਦੇ ਰੱਖੇ ਹੋਏ। ਹਾਂਜੀ, ਚਲੋ। ਹਾਂਜੀ ਭਾਅ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਬਹੁਤ ਧੰਨਵਾਦ ਜੀ ਤੁਹਾਡਾ ਵੀ ਇੱਥੇ ਪਹੁੰਚਿਆ ਦਾ, ਸਾਰਿਆਂ ਦਾ, ਜਿੰਨੇ ਵੀ ਆਏ ਆ ਸਾਰਿਆਂ ਦਾ ਜੀ ਆਇਆਂ ਜੀ, ਤੁਹਾਡੀ ਰੌਣਕ ਵਧਾਈ ਇੱਥੇ ਆ ਕੇ। ਆ ਇੱਕ ਮਿੰਟ ਜੀ, ਫੋਨ ਆਇਆ ਮੇਰਾ। ਹੈਲੋ, ਹਾਂਜੀ ਜਨਾਬ। ਹਾਂਜੀ ਹਾਂਜੀ, ਇਹ ਨਾਲ ਜਿਹੜੇ ਖੜੇ ਨੇ ਇਹ ਜਸਵੀਰ ਸਿੰਘ ਨੇ, ਜਾਣਦੇ ਤੁਸੀਂ? ਅੱਛਾ 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 ਅੱਛਾ, ਨਾਕੇ 'ਤੇ ਰੁਕਿਆ ਸੀ। ਚਲੋ, ਹੁਣ ਫਾਲਤੂ ਗੱਲਾਂ ਨਾ ਕਰਿਆ ਕਰੋ ਜਨਾਬ, ਮੈਂ ਹੁਣ ਕੰਮ ਦੀ ਗੱਲ ਹੈ। ਦੱਸੋ, ਪੀਜ਼ੇ ਤੁਹਾਨੂੰ ਪਤਾ ਹੀ ਹੈ ਸ਼ਿਕਾਗੋ 'ਚ ਪੀਜ਼ੇ ਦੇ ਬੜੇ ਸਵਾਦ ਹੁੰਦੇ ਆ, ਲੈ ਕੇ ਆਵਾਂ, ਇੰਡੀਆ ਕਿੱਦਾਂ ਪਹੁੰਚਾਊਂਗਾ? ਅੱਛਾ, ਤੁਹਾਡੀ ਸਾਲੀ ਰਹਿੰਦੀ ਇੱਥੇ ਜਿਹੜੀ ਡਿਲੇਨੋ? ਠੀਕ ਹੈ ਜਨਾਬ, ਠੀਕ ਹੈ, ਮੈਂ ਪਹੁੰਚਾ ਦਿੰਦਾ ਜੀ ਉੱਥੇ ਪੀਜ਼ੇ। ਫਰੀ ਦੀ ਚੀਜ਼ ਦੇਖ ਕੇ ਲਾਲਾਂ ਸਿੱਟਣ ਨਾ ਹਟਿਆ ਕਰੋ। ਓਕੇ ਬਾਏ। ਲਓ ਜੀ, ਹੁਣ ਬੌਸ ਨੇ ਤਿਆਰ ਪਏ ਆ ਜੀ, ਰੈਡੀ ਆ। ਹਾਂਜੀ, ਰੈਡੀ ਪਏ ਆ। ਹਾਂਜੀ, ਕੋਈ ਗੱਲ ਨਹੀਂ। ਹਾਂਜੀ, ਠੀਕ ਹੈ। ਚਲੋ, ਬੜੀ ਮਿਹਰਬਾਨੀ ਜੀ ਤੁਹਾਡੀ, ਆਲ ਦਾ ਬੈਸਟ ਜੀ। ਹਾਂਜੀ, ਓਕੇ ਜੀ, ਲਿਆਓ ਜੀ, ਲਿਆਓ, ਬੱਲੇ ਬੱਲੇ ਬੱਲੇ। ਵਾਹ ਜੀ, ਚਲੋ, ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਬਹੁਤ 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 ਮਿਹਰਬਾਨੀ ਜੀ। ਇਹ ਮੈਂ ਆਪਣੇ ਲਈ ਲੈ ਕੇ ਚੱਲੇ ਜੀ, ਇਹ ਮੇਰੇ ਬੌਸ ਵਾਸਤੇ ਸਾਹਿਬ ਆ।